ਭੋਲੇ ਦਾ ਪਰਿਵਾਰ ਗਹਿਨ ਚਿੰਤਾ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਕਿਸੇ ਦਾ ਵੀ ਕੰਮ 'ਚ ਮਨ ਨਾ ਲੱਗਦਾ ਘਰ ਲੋਕ ਇੰਜ ਆਉਂਦੇ ਅਫਸੋਸ ਕਰਨ ਜਿਵੇਂ ਕਿਸੇ ਦੀ ਮੌਤ ਹੋ ਗਈ ਹੋਵੇ ਜਿੰਨਾ ਕੋ ਭੋਲਾ ਤੇ ਭੂਰੋ ਇਸ ਸਭ ਨੂੰ ਭੁਲਾ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਉਹਨਾਂ ਹੀ ਲੋਕਾਂ ਆ ਕੇ ਉਹਨਾਂ ਨੂੰ ਦੁਖੀ ਕਰ ਦਿੰਦੇ ਕਹਿੰਦੇ ਹੁੰਦੇ ਆ ਰੰਡੀ ਰੰਡ ਤਾਂ ਕੱਟ ਲੈ ਪਰ ਹੁੱਜਾਂ ਵਾਲੇ ਨਹੀਂ ਕੱਟਣ ਦਿੰਦੇ ਇਹੀ ਹਾਲ ਭੋਲੇ ਕਾ ਹੋਇਆ ਪਿਆ ਸੀ ਹੰਝੂਆਂ ਦਾ ਮਲਮ ਲਾ ਕੇ ਜਿੰਨਾ ਕੋ ਉਹ ਜਖਮਾਂ ਨੂੰ ਰਾਜੀ ਕਰਦੇ ਉਹਨੇ ਕੋ ਜਖਮ ਲੋਕੀ ਆ ਕੇ ਉਚੇੜ ਦਿੰਦੇ ਹਮਦਰਦੀ ਦੇ ਬੋਲਾਂ ਚ ਤਾਨੇ ਲਪੇਟ ਲਪੇਟ ਕੇ ਜੋ ਮਾਰਦੇ ਸਨ ਉਹ ਦੋਹਾਂ ਜੀਆਂ ਦਾ ਸੀਨਾ ਛਲਣੀ ਕਰ ਦਿੰਦੇ ਉਰਦਾ ਦਲੀਪੋ ਤੇ ਪ੍ਰੀਤੋ ਭਰਾ ਦੀ ਅਜਿਹੀ ਹਾਲਤ ਦੇਖ ਕੇ ਬਹੁਤ ਪਰੇਸ਼ਾਨ ਸੀ ਘਰ ਜਾ ਕੇ ਵੀ ਉਹਨਾਂ ਦਾ ਮਨ ਕਿਸੇ ਕੰਮ ਧੰਦੇ 'ਚ ਨਹੀਂ ਲੱਗ ਰਿਹਾ ਸੀ ਫਰੀਤੋ ਦੀ ਉਦਾਸੀ ਦੇਖ ਜਗਪਾਲ ਨੇ ਜਲਦੀ ਤੋਂ ਜਲਦੀ ਸੁਖਚੈਨ ਨੂੰ ਜੇਲ੍ਹ 'ਚੋਂ ਬਾਹਰ ਕੱਢਣ ਦੀ ਸੋਚੀ ਅਤੇ ਇਸ ਕੰਮ ਵਿੱਚ ਜੁੱਟ ਗਿਆ ਨੌਕਰੀ ਤੋਂ ਆਉਂਦੇ ਜਾਂਦੇ ਉਹ ਰੋਜ਼ ਵਕੀਲ ਤੇ ਹੋਰ ਅਫਸਰਾਂ ਨੂੰ ਮਿਲ ਕੇ ਸੁਖਚੈਨ ਨੂੰ ਰਿਹਾ ਕਰਾਉਣ ਦੀਆਂ ਸਕੀਮਾਂ ਬਣਾਉਂਦਾ ਰਹਿੰਦਾ। ਕਾਫੀ ਭੱਜ ਨੱਠ ਤੋਂ ਬਾਅਦ ਇੱਕ ਵੱਡੇ ਅਫਸਰ ਨਾਲ ਸੁਖਚੈਨ ਦਾ ਨਾਮ ਇਸ ਕੇਸ ਵਿੱਚੋਂ ਕੱਢਣ ਦੀ ਗੱਲ ਹੋ ਗਈ। ਜਗਪਾਲ ਭੋਲੇ ਅਤੇ ਆਪਣੇ ਇੱਕ ਦੋਸਤ ਨੂੰ ਲੈ ਕੇ ਵਕੀਲ ਦੀ ਸਿਫਾਰਿਸ਼ ਉੱਤੇ ਉਸ ਅਫਸਰ ਨੂੰ ਜਾ ਮਿਲਿਆ। ਉਹਨੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਲਈ ਸੁਖਚੈਨ ਦਾ ਨਾਮ ਇਸ ਕੇਸ ਵਿੱਚੋਂ ਕੱਢ ਦੇਵੇਗਾ ਅੱਗੇ ਭਵਿੱਖ ਵਿੱਚ ਵੀ ਮੁੰਡੇ ਨੂੰ ਕੋਈ ਪਰੇਸ਼ਾਨੀ ਇਸ ਕੇਸ ਕਰਕੇ ਨਹੀਂ ਹੋਵੇਗੀ ਸਾਰ ਸੁਖਚੈਨ ਇਸ ਕੇਸ ਤੋਂ ਪੂਰੀ ਤਰ੍ਹਾਂ ਨਿਕਲ ਤਾਂ ਜਾਵੇਗਾ ਬਾਅਦ ਵਿੱਚ ਤਾਂ ਕੋਈ ਸਮੱਸਿਆ ਨਹੀਂ ਆ ਹੋਏਗੀ ਕੋਈ ਦਿੱਕਤ ਤਾਂ ਨਹੀਂ ਜਗਪਾਲ ਨੇ ਪੁੱਛਿਆ ਕੋਈ ਸਮੱਸਿਆ ਨਹੀਂ ਹੋਊਗੀ ਜਦ ਕੇ ਇਸ 'ਚੋਂ ਨਾਮ ਹੀ ਕੱਢ ਦਿੱਤਾ ਫੇਰ ਕਾਦੀ ਤਕਲੀਫ ਅਫਸਰ ਬੋਲਿਆ ਕਦੇ ਐ ਨਾ ਹੋਵੇ ਜੀ ਕੱਲ ਨੂੰ ਜੇ ਪਿੰਡ 'ਚ ਕੋਈ ਵਾਰਦਾਤ ਹੋਵੇ ਤਾਂ ਵੀ ਪੁਲਿਸ ਹਰ ਵਾਰੀ ਮੇਰੇ ਮੁੰਡੇ ਨੂੰ ਚੱਕ ਲਵੇ ਆ ਕੇ ਭੋਲਾ ਬੋਲਿਆ ਨਹੀਂ ਜੀ ਨਹੀਂ ਮੇਰੀ ਜ਼ਿੰਮੇਵਾਰੀ ਐ ਤੁਹਾਡੇ ਮੁੰਡੇ ਦਾ ਰਿਕਾਰਡ ਹੀ ਕੱਢ ਦੇਣਾ ਇੱਥੋਂ ਫੇਰ ਤੁਹਾਡੇ ਮੁੰਡੇ ਨੂੰ ਕਿਸ ਆਧਾਰ ਤੇ ਚੱਕਣਗੇ ਉਹਦਾ ਸਾਰਾ ਰਿਕਾਰਡ ਅਸੀਂ ਸਾਫ਼ ਕਰ ਦੇਣਾ ਅਫਸਰ ਨੇ ਤਸੱਲੀ ਦਵਾਈ ਠੀਕ ਐ ਸਰ ਉਹ ਬਾਪੂ ਜੀ ਬਹੁਤ ਜ਼ਿਆਦਾ ਡਰ ਗਏ ਆ ਇਹਨਾਂ ਦਾ ਬੇਟਾ ਬੇਕਸੂਰ ਐ ਫੇਰ ਵੀ ਸਜ਼ਾ ਭੁਗਤ ਰਿਹਾ ਕਿਸੇ ਹੋਰ ਦੀ ਗਲਤੀ ਦੀ ਇਸੇ ਕਰਕੇ ਇਹ ਪਰਮਿੰਦਰ ਨੇ ਗੱਲ ਅਧੂਰੀ ਛੱਡ ਦਿੱਤੀ ਮਾਪਿਆਂ ਦਾ ਡਰ ਮੈਂ ਬਖੂਬੀ ਸਮਝ ਸਕਦਾ ਪਰ ਪੁਲਿਸ ਵੀ ਕਿਸੇ ਬਿਲਕੁਲ ਹੀ ਬੇਕਸੂਰ ਬੰਦੇ ਨੂੰ ਨਹੀਂ ਚੱਕਦੀ ਤੁਹਾਡੇ ਮੁੰਡੇ ਦਾ ਕੋਈ ਨਾ ਕੋਈ ਕਸੂਰ ਤਾਂ ਜ਼ਰੂਰ ਹੋਊਗਾ ਅਫਸਰ ਨੇ ਕੋਖ ਵੀ ਨਜ਼ਰ ਨਾਲ ਸਾਰਿਆਂ ਨੂੰ ਦੇਖ ਕੇ ਕਿਹਾ ਚਲੋ ਜੀ ਜੋ ਵੀ ਆ ਇਸ ਦਾ ਵੀ ਕਸੂਰ ਹੈ ਫਿਲਹਾਲ ਤੁਸੀਂ ਸਾਡਾ ਮਸਲਾ ਹੱਲ ਕਰਦੇ ਹੋ ਅੱਗੇ ਤੋਂ ਅਸੀਂ ਧਿਆਨ ਰੱਖ ਲਵਾਂਗੇ ਤੁਸੀਂ ਆਪਣਾ ਸੇਵਾ ਪਾਣੀ ਦੱਸੋ ਕਿੰਨੀ ਕੋ ਸੇਵਾ ਕਰੀਏ ਪਰਮਿੰਦਰ ਨੇ ਗੱਲ ਨੂੰ ਟਾਲਦੇ ਹੋਏ ਕਿਹਾ ਧਿਆਨ ਤਾਂ ਤੁਹਾਨੂੰ ਰੱਖਣਾ ਹੀ ਪਊਗਾ ਇਹ ਚਿੱਟੇ ਵਾਲਾ ਕੰਮ ਬਹੁਤ ਭੈੜਾ ਜ਼ਮਾਨਤ ਵੀ ਨਹੀਂ ਹੁੰਦੀ ਕੇਸ ਰਫਾ ਦਫਾ ਕਰਨਾ ਤਾਂ ਬਹੁਤ ਵੱਡੀ ਗੱਲ ਹੈ ਬਾਕੀ ਪਰਮਿੰਦਰ ਤੇ ਵਕੀਲ ਸਾਹਿਬ ਦੇ ਕਹਿਣ ਤੇ ਤੁਹਾਡੀ ਮਦਦ ਕਰਤੀ ਵਾਰ-ਵਾਰ ਇਹ ਸਭ ਨਹੀਂ ਚੱਲੂਗਾ ਆਪਦੇ ਮੁੰਡੇ ਨੂੰ ਚੰਗੀ ਤਰ੍ਹਾਂ ਸੰਗਲ ਮਾਰ ਲਓ ਹੋਣ ਦੁਬਾਰਾ ਮਦਦ ਕਰਨੀ ਮੇਰੇ ਲਈ ਵੀ ਔਖੀ ਹੋ ਜੂ ਸੇਵਾ ਪਾਣੀ ਵਕੀਲ ਸਾਹਿਬ ਨੂੰ ਦੱਸਤਾ ਸੀ ਅਫਸਰ ਨੇ ਗੱਲ ਖਤਮ ਕੀਤੀ ਹਾਂਜੀ ਹਾਂਜੀ ਹੁਣ ਇਥੋਂ ਇਹਨੂੰ ਸਿੱਧਾ ਨਸ਼ਾ ਛਡਾਊ ਕੇਂਦਰ ਹੀ ਭੇਜਣਾ ਜਿਹੜਾ ਮਾੜਾ ਮੋਟਾ ਇਹ ਖਾਂਦਾ ਉਹ ਟਲਜੂ ਖਾਣੋ ਜਗਪਾਲ ਨੇ ਕਿਹਾ ਚਲੋ ਠੀਕ ਹੈ ਜੀ ਮਿਲ ਲਵੋ ਬਾਹਰ ਮੇਰੇ ਅਸਿਸਟੈਂਟ ਨੂੰ ਦੱਸ ਦੇਣਗੇ ਤੁਹਾਨੂੰ ਅਫਸਰ ਨੇ ਕਿਹਾ ਠੀਕ ਹੈ ਜੀ ਅਸੀਂ ਕਰ ਲੈਨੇ ਆ ਗੱਲ ਧੰਨਵਾਦ ਜੀ ਬਹੁਤ ਬਹੁਤ ਜਗਪਾਲ ਨੇ ਕਿਹਾ ਤਾਂ ਭੋਲੇ ਅਤੇ ਪਰਮਿੰਦਰ ਨੇ ਵੀ ਸ਼ੁਕਰਗੁਜ਼ਾਰ ਹੁੰਦੇ ਹੋਏ ਹੱਥ ਜੋੜ ਲਏ ਅਫਸਰ ਨਾਲ ਗੱਲਬਾਤ ਪੂਰੀ ਕਰਨ ਤੋਂ ਬਾਅਦ ਸਾਰੇ ਬਾਹਰ ਆ ਗਏ ਭੋਲੇ ਦਾ ਮਨ ਖੁਸ਼ ਸੀ ਕਿ ਹੁਣ ਪੁੱਤ ਨੇ ਸਜ਼ਾ ਤੋਂ ਬਚ ਜਾਣਾ ਹੈ ਸੁਖਚੈਨ ਭਾਵੇਂ ਬਹੁਤ ਦੁਖੀ ਕਰਦਾ ਸੀ ਪਰ ਭੋਲਾ ਉਹਨੂੰ ਬਹੁਤ ਪਿਆਰ ਕਰਦਾ ਸੀ ਭੋਲੇ ਦੀ ਖੁਸ਼ੀ ਉਹਦੇ ਚਿਹਰੇ ਤੋਂ ਸਾਫ਼ ਝਲਗ ਰਹੀ ਸੀ ਬਸ ਕੱਲ ਤੱਕ ਸੁਖਚੈਨ ਨੇ ਘਰ ਆ ਜਾਣਾ ਸੀ ਸਾਸਰੀ ਕਾਲ ਜੀ ਉਹ ਤੁਹਾਡੇ ਨਾਲ ਸੁਖਚੈਨ ਬਾਰੇ ਗੱਲ ਹੋਈ ਹੋਊ ਉਹਨਾਂ ਦਾ ਕੀ ਬਣਦਾ ਇਹਨਾਂ ਨੂੰ ਸੇਵਾ ਦੱਸ ਦਿਓ ਵਕੀਲ ਨੇ ਪੁੱਛਿਆ ਹਾਂਜੀ ਹਾਂਜੀ ਸੁਖਚੈਨ ਚਿੱਟੇ ਦੇ ਕੇਸ ਵਾਲਾ ਹੀ ਆ ਹੋਈ ਸੀ ਉਹਨਾਂ ਬਾਰੇ ਗੱਲ ਸੇਵਾ ਪਾਣੀ ਤਾਂ ਕੋਈ ਬਹੁਤਾ ਜਿਆਦਾ ਨਹੀਂ ਬਸ 22 ਲੱਖ ਰੁਪਏ ਜਮਾ ਕਰਾ ਦਿਓ ਤੇ ਮੁੰਡੇ ਨੂੰ ਭਾਵੇਂ ਕੱਲ ਹੀ ਘਰੇ ਲੈ ਜਾ 22 ਲੱਖ ਇੰਨੇ ਪੈਸਾ ਜਮਾ ਕਰਾਉਣੇ ਪੈਣਗੇ ਪਰ ਭੋਲੇ ਦੇ ਮੂੰਹੋਂ ਅੱਬੜ ਵਾਏ ਨਿਕਲਿਆ ਹੋਰ ਤੈਨੂੰ ਕੀ ਲੱਗਦਾ 2-4000 ਚ ਮੁੰਡਾ ਬਚ ਜੂ ਤੇਰਾ ਚਿੱਟੇ ਦਾ ਕੇਸ ਹੈ ਕੋਈ ਮਾੜੀ ਮੋਟੀ ਗੱਲ ਨਹੀਂ ਬਾਪੂ ਜੀ ਮੈਂ ਗੱਲ ਕਰਦਾ ਤੁਸੀਂ ਫਿਕਰ ਨਾ ਕਰੋ ਸਭ ਹੋ ਜੂ ਜਗਪਾਲ ਨੇ ਭੋਲੇ ਨੂੰ ਹਾਂ ਸਰ ਅਸਲ ਜੇ ਇਹ ਤਾਂ ਬੜਾ ਜ਼ਿਆਦਾ ਹੀ ਆ ਥੋੜਾ ਹਿਸਾਬ ਨਾਲ ਕੰਮ ਚਲਾ ਲਓ ਇੰਨੇ ਪੈਸੇ ਦੇਣੇ ਤਾਂ ਬਹੁਤ ਔਖੇ ਆ ਸਮਝ ਸਕਦੇ ਹੋ ਤੁਸੀਂ ਇਹ ਵੀ ਖੇਤੀਬਾੜੀ ਵਾਲੇ ਬੰਦੇ ਆ ਪਰਮਿੰਦਰ ਨੇ ਅਫਸਰ ਨੂੰ ਭੋਲੇ ਬਾਰੇ ਦੱਸਿਆ ਦੇਖੋ ਜੀ ਮੈਂ ਤਾਂ ਆਪ ਹੁਕਮ ਦਾ ਬੱਜਿਆ ਵਾਂ ਤੁਸੀਂ ਸਮਝੀ ਸਕਦੇ ਹੋ ਪੈਸੇ ਵੱਧ ਘੱਟ ਵਾਲੀ ਗੱਲ ਤੁਸੀਂ ਅਫਸਰਾਂ ਨਾਲ ਹੀ ਕਰੋ ਮੈਨੂੰ ਤਾਂ ਜਿੰਨੇ ਕਿਹਾ ਮੈਂ ਉਹਨੇ ਹੀ ਜਮਾ ਕਰਾਉਣੇ ਆ ਬਾਕੀ ਅਫਸਰਾਂ ਦੇ ਮੂਡ ਦੀ ਗੱਲ ਹੈ ਸ਼ੁਕਰ ਕਰੋ ਇੰਨੇ ਚ ਤੁਹਾਡਾ ਕੇਸ ਨਿਪਟਾਉਣ ਲਈ ਮੰਨ ਗਏ ਨਹੀਂ ਤਾਂ ਜਲਦੀ ਜਲਦੀ ਚਿੱਟੇ ਵਾਲੇ ਕੇਸ ਨੂੰ ਕੋਈ ਹੱਥ ਨਹੀਂ ਪਾਉਂਦਾ ਉਹਨਾਂ ਨੇ ਥੋੜਾ ਡਰਾ ਕੇ ਜੇ ਸਮਝਾਇਆ ਉਹਦੀ ਗੱਲ ਸੁਣਨ ਤੋਂ ਬਾਅਦ ਭੋਲਾ ਪਰਮਿੰਦਰ ਤੇ ਜਗਪਾਲ ਪਾਸੇ ਹੋ ਕੇ رائے ਸਲਾਹ ਕਰਨ ਲੱਗੇ ਪਰਮਿੰਦਰ ਨੇ ਸਮਝਾਇਆ ਕਿ ਵਾਰ-ਵਾਰ ਇਹੋ ਜਿਹੇ ਮੌਕੇ ਨਹੀਂ ਆਉਂਦੇ ਮੰਨਿਆ ਪੈਸੇ ਜ਼ਿਆਦਾ ਪਰ ਵਕੀਲ ਦੇ ذریعے ਵੀ ਖਰਚ ਹੋਊਗਾ ਵਕੀਲ ਦੇ ذریعے ਕੇਸ ਕਰਕੇ ਕੋਈ ਪੱਕਾ ਪਤਾ ਵੀ ਨਹੀਂ ਕਿ ਕੇ ਜਿੱਤਾਂਗੇ ਜਾਂ ਹਾਰਾਂਗੇ ਗੱਲ ਤਾਂ ਤੇਰੀ ਸਹੀ ਐ ਪਰਮਿੰਦਰ ਪਰ ਇੰਨੇ ਪੈਸਿਆਂ ਦਾ ਇੰਤਜ਼ਾਮ ਇੱਕੋ ਦਮ ਬਾਪੂ ਜੀ ਕਿੱਥੋਂ ਕਰਨਗੇ ਮੌਲਤ ਵੀ ਕੱਲ ਤੱਕ ਦੀ ਹੀ ਐ ਬਾਸ ਜਗਪਾਲ ਨੇ ਕਿਹਾ ਕੋਈ ਨਹੀਂ ਪੁੱਤ ਜਗਪਾਲ ਹੁਣ ਜਦ ਪੰਗਾ ਪੈ ਹੀ ਗਿਆ ਏ ਤਾਂ ਉਹ ਨਿਪਟਾਉਣਾ ਵੀ ਪਊ ਤੂੰ ਫਿਕਰ ਨਾ ਕਰ ਆਪਾਂ ਕਰ ਲਾਂਗੇ ਆੜਦੀਏ ਤੋਂ ਲਊ ਕੁਛ-ਕੁਛ ਨਾ ਕੁਛ ਹੋਰ ਕਰਾਂਗੇ ਏਹੇ ਹੁੱਤਾ ਭੋਲੇ ਨੂੰ ਵੀ ਡਰ ਸੀ ਕਿ ਕਿਤੇ ਅਫਸਰ ਮੁੱਕਰੀ ਨਾ ਜਾਵੇ ਕਰਨਾ ਤਾਂ ਪਊਗਾ ਬਾਪੂ ਜੀ ਚਲੋ ਫੇਰ ਕਰ ਲੈਨੇ ਆ ਗੱਲ ਕੱਲ ਨੂੰ ਪੈਸੇ ਦੇ ਦਾਂਗੇ ਇਹਨਾਂ ਨੂੰ ਜਗਪਾਲ ਨੇ ਵੀ ਹਾਮੀ ਭਰੀ ਅਫਸਰ ਨੂੰ ਮਿਲ ਕੇ ਉਹਨਾਂ ਨੇ ਕੱਲ ਨੂੰ ਸਾਰੇ ਪੈਸੇ ਜਮ੍ਹਾਂ ਕਰਾਉਣ ਦੀ ਗੱਲ ਆਖੀ ਤਾਂ ਉਹ ਮੰਨ ਗਿਆ ਪਰਸੋਂ ਨੂੰ ਭਾਵੇਂ ਉਹਨਾਂ ਨੇ ਸੁਖਚੈਨ ਨੂੰ ਘਰ ਲੈ ਜਾਣਾ ਸੀ ਪਰ ਭੋਲੇ ਨੂੰ ਕਿਸੇ ਚਿੰਤਾ ਨੇ ਘੇਰ ਰੱਖਿਆ ਸੀ ਜੋ ਘਰੋਂ ਆਉਂਦੇ ਵਕਤ ਤਸੱਲੀ ਸੀ ਕਿ ਕੱਲ ਤੱਕ ਪੁੱਤ ਨੂੰ ਘਰ ਲੈ ਆਵਾਂਗੇ ਉਹ ਹੁਣ ਪੈਸਿਆਂ ਦੇ ਪ੍ਰਬੰਧ ਦੀ ਚਿੰਤਾ ਵਿੱਚ ਬਦਲ ਗਈ ਸੀ ਉਮੀਦਾਂ ਦਾ ਟੁੱਟ ਜਾਣਾ ਬੰਦੇ ਨੂੰ ਤੋੜ ਕੇ ਰੱਖ ਦਿੰਦਾ ਸਾਹਾਂ ਦਾ ਰੁੱਕ ਜਾਣਾ ਅਸਲੀ ਮੌਤ ਨਹੀਂ ਇੱਛਾਂ ਦਾ ਮੁੱਕ ਜਾਣਾ ਅਸਲ ਮੌਤ ਹੁੰਦੀ ਹੈ ਭੋਲੇ ਨੂੰ ਹੁਣ ਇੱਛਾਵਾਂ ਘੱਟ ਤੇ ਚਿੰਤਾਵਾਂ ਜ਼ਿਆਦਾ ਸਨ ਉਹਨੂੰ ਪੁੱਤ ਤੋਂ ਹੁਣ ਕੋਈ ਆਸ ਉਮੀਦ ਵੀ ਬਾਕੀ ਨਹੀਂ ਬਚੀ ਸੀ ਥੱਕੇ ਟੁੱਟੇ ਸ਼ਰੀਰ ਨੂੰ ਸਮੇਟ ਉਹ ਜਗਪਾਲ ਨਾਲ ਗੱਡੀ 'ਚ ਬੈਠ ਘਰ ਨੂੰ ਤੁਰ ਗਿਆ ਘਰ ਜਾ ਕੇ ਭੋਲੇ ਨੇ ਜਦ ਸਾਰੀ ਗੱਲ ਦੱਸੀ ਤਾਂ ਪੂਰੋਂ ਦਾ ਸਾਰਾ ਉਲਾਸ ਉਦਾਸੀ 'ਚ ਬਦਲ ਗਿਆ ਕੁੜੀਆਂ ਵੀ ਚਿੰਤਾ ਦੀਆਂ ਮਾਰੀਆਂ ਹੱਸਣਾ ਖੇਡਣਾ ਭੁੱਲ ਗਈਆਂ ਸਨ ਭੂਰੋ ਤੇ ਭੋਲੇ ਨੂੰ ਹੁਣ ਪੈਸੇ ਇਕੱਠੇ ਕਰਨ ਦੀ ਟੈਨਸ਼ਨ ਸੀ ਉਹਨਾਂ ਕੋਲ ਭਾਵੇਂ ਚੰਗੀ ਜ਼ਮੀਨ ਜਾਇਦਾਦ ਸੀ ਘਰੋਂ ਵੀ ਮਾੜੇ ਨਹੀਂ ਸਨ ਚੰਗਾ ਪੈਸਾ ਟਕਾ ਸੀ ਪਰ ਇੱਕੋ ਦਮ ਇੰਨੇ ਪੈਸੇ ਇਕੱਠੇ ਕਰਨਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਆ ਚਾਹ ਦੀ ਘੋਟ ਦੇ ਦੇ ਮੈਂ ਜਾਵਾਂ ਆੜਤੀਏ ਵੱਲ ਉਹਦੇ ਤੋਂ ਹੀ ਉਮੀਦ ਆ ਇੰਨੀ ਜਲਦੀ ਤਾਂ ਭੋਲੇ ਨੇ ਭੂਰੋ ਨੂੰ ਆਵਾਜ਼ ਮਾਰੀ ਬਸ ਲਈ ਔਨੀ ਆ ਚਾਹ ਤਾਂ ਮੈਂ ਤਾਂ ਆਏ ਆਖਦੀ ਸੀ ਆੜਤੀਆ ਦੇ ਤਾਂ ਦੇਉ ਪੈਸੇ ਭੂਰੋ ਨੇ ਚਾਹ ਦਾ ਗਲਾਸ ਭੋਲੇ ਨੂੰ ਫੜਾਉਂਦੇ ਹੋਏ ਕਿਹਾ ਕੀ ਪਤਾ ਯਾਰ ਹੁਣ ਦੇਣਾ ਤਾਂ ਆਪਾਂ ਆੜਤੀਏ ਦਾ 1 ਰੁਪਈਆ ਵੀ ਨਹੀਂ ਸੁੱਖ ਨਾਲ 5 ਕੋ ਲੱਖ ਤਾਂ ਆਪਾਂ ਉਹਦੇ ਤੋਂ ਲੈਣਾ ਹੀ ਆ ਜਿਸ ਹਿਸਾਬ ਨਾਲ ਆਪਣਾ ਰਿਕਾਰਡ ਆ ਪੈਸੇ ਤਾਂ ਦੇਣੇ ਬਣਦੇ ਆ ਬਾਕੀ ਮੂੰਹ ਸੁੰਘ ਕੇ ਪਤਾ ਲੱਗੂ ਕੀ ਕਹਿੰਦਾ ਭੋਲੇ ਨੇ ਕੁਝ ਸੋਚਦੇ ਜੇ ਹੋਏ ਕਿਹਾ 5 ਲੱਖ ਹੀ ਲੈਣਾ ਆੜਤੀਏ ਤੂੰ ਆਪਾ ਉਦੋਂ ਪਿਛਲੀ ਵਾਰ ਤਾ ਤੂੰ 7 ਲੱਖ ਕਹਿੰਦਾ ਸੀ ਦੋ ਫਸਲਾਂ ਗਈਆਂ ਉਦੋਂ ਬਾਅਦ ਇਹ ਪੈਸੇ ਵਧਣ ਦੀ ਜਗ੍ਹਾ ਘਟ ਕਿਵੇਂ ਗਏ ਭੂਰੋ ਨੇ ਹੈਰਾਨੀ ਨਾਲ ਪੁੱਛਿਆ ਉਹ ਆ ਤੂੰ ਜਿਹੜਾ ਮਹਾਰਾਜਾ ਜੰਮਿਆ ਉਹਦਾ ਖਰਚਾ ਘਟਾ ਕਿਤੇ ਤੀਜੇ ਦਿਨ 10000 ਭਾਲਦਾ ਇੱਥੇ ਤੇਰੇ ਪਿਓ ਦੀ ਸਰਕਾਰੀ ਨੌਕਰੀ ਤਾਂ ਆਉਂਦੀ ਨਹੀਂ ਆੜਤੀਏ ਦੇ ਉਹੀ ਆਉਂਦੇ ਛੇਕਾ ਵਾਲੇ ਸ਼ੌਕ ਆ ਤੇਰੇ ਸਹਜਾਦੇ ਦੇ ਭੋਲਾਪੂਰੋਂ ਖਾਣ ਨੂੰ ਪਿਆ ਆਹੋ ਹੁਣ ਮੇਰੇ ਸਿਰ ਠੂਣਾ ਪੰਨ ਦੇ ਉਦੋਂ ਤੈਨੂੰ ਹੀ ਅੱਗ ਲੱਗੀ ਸੀ ਘਰ ਦਾ ਵਾਰਸ ਜੰਮਣ ਦੀ ਉਦੋਂ ਕਹਿੰਦਾ ਸੀ ਪੁੱਤ ਬਿਨ ਜੱਗ ਤੇ ਨਾ ਨੀ ਇੰਨੇ ਦਾ ਨਾਂ ਨੂੰ ਚਾਰ ਚੰਨ ਲਾਤੇ ਹੁਣ ਮੇਰੇ ਪਿਓ ਨੇ ਕੀ ਵਿਗਾੜਤਾ ਤੇਰਾ ਉਹਨੂੰ ਸਿਵਿਆਂ ਚ ਪਾਏ ਨੂੰ ਫਰੋਲਦਾ ਜੇ ਮੇਰਾ ਪਿਓ ਜਿਉਂਦਾ ਹੁੰਦਾ ਮੇਰਾ ਕਦੇ ਦੁੱਖ ਸੁੱਖ ਸੁਣਣਦਾ ਮੈਂ ਦੱਸ ਕਿਹਦੇ ਕੋਲ ਰੋਵਾ ਜਾ ਕੇ ਗੱਲ ਕਰ ਤੀਵੀ ਨੂੰ ਹਰ ਗੱਲ ਲਈ ਉਲੰਭਾ ਦੇਣਾ ਉਹੀ ਸੌਖਾ ਵਾੜਾ ਜਦ ਤੱਕ ਠੀਕ ਸੀ ਚਿਹਰਾ ਪੁੱਤ ਸੀ ਤੇ ਹੁਣ ਮੇਰਾ ਸ਼ਹਿਜ਼ਾਦਾ ਬਣ ਗਿਆ ਚੰਗੀਆਂ ਭਲੀਆਂ ਗੁੜੀਆਂ ਸੀ ਪੁੱਤ ਪੁੱਤ ਕਰਦੇ ਨੇ ਨਾਲੇ ਤਾਂ ਮੇਰੇ ਹੱਡ ਰੋਲ ਤੇ ਤੇ ਨਾਲੇ ਰੋਲ ਤਾਂ ਬੁਢਾਪਾ ਭੂਰੋ ਰੋਂਦੀ ਹੋਈ ਬੋਲੀ ਉਹ ਤੂੰ ਬਹੁਤੀ ਨਾ ਬੋਲ ਮੇਰੇ ਮੂਰੇ ਤੇਰੇ ਸਿਰ 'ਚ ਮਾਰੂ ਮੈਂ ਕੁਛ ਚੱਕ ਕੇ ਮੇਰਾ ਬਹੁਤ ਜੀ ਅੱਕਿਆ ਪਿਆ ਕਿਵੇਂ ਚਵਰ ਚਵਰ ਜ਼ੁਬਾਨ ਚੱਲਦੀ ਐ ਸਿਆਪਾ ਕਿੱਥੋਂ ਗੱਲ ਪਾ ਲਿਆ ਬੁੜਬੁੜ ਕਰਦਾ ਭੋਲਾ ਪਰਨਾ ਮੋਢੇ ਤੇ ਰੱਖ ਬਾਹਰ ਨੂੰ ਤੁਰ ਗਿਆ ਕੋਈ ਨਹੀਂ ਰੱਬ ਦੀਆਂ ਬੰਦਿਆਂ ਤੂੰ ਵੀ ਕਾਢ ਲੈ ਕਸਰਾ ਜਦ ਮੇਰੇ ਢਿੱਡੋ ਜੰਮਿਆ ਮੇਰੇ ਬਦਲੇ ਲਈ ਜਾਂਦਾ ਤੂੰ ਤਾਂ ਫੇਰ ਬਗਾਨੀ ਮਾਂ ਦਾ ਪੁੱਤ ਆ ਬੁੜੀ ਦੀ ਤਾਂ ਜਾਏ ਖਾਣੀ ਦੀ ਜੂਣ ਹੀ ਮਾੜੀ ਆ ਜੀ ਜੀ ਤੋਂ ਛਿੱਤਰ ਖਾਂਦੀ ਐ ਪੂਰੋ ਚੁੰਨੀ ਦੇ ਲੜ ਨਾਲ ਅੱਖਾਂ ਪੁੰਝਦੀ ਹੋਈ ਬੋਲੀ ਮਾਂ ਨੂੰ ਰੋਂਦੀ ਦੇਖ ਬਿੰਦਰ ਤੇ ਜੀਤੋ ਉਹਨੂੰ ਚੁੱਪ ਕਰਾਉਣ ਲੱਗੀ ਆ ਸੁਖਚੈਨ ਕਰਕੇ ਅੱਜ ਸਾਰਾ ਟੱਬਰ ਅੰਤਾਂ ਦਾ ਦੁਖੀ ਸੀ ਪੂਰੋ ਦੀ ਰਗ ਰਗ ਕਹਿੰਦੀ ਸੀ ਇਹੋ ਜੇ ਪੁੱਤ ਨਾਲੋ ਤਾਂ ਬੰਦਾ ਆਉਂਤਰਾ ਚੰਗਾ ਰਹਿੰਦਾ ਪੂਰੋ ਨੀ ਪੂਰੋ ਕਰੇਂ ਆ ਗੁੜੇ ਕੀ ਕਰੀ ਜਾਨੀ ਐ ਪ੍ਰੀਤਮ ਦੇ ਘਰ ਵਾਲੀ ਸਰਜੀਤ ਬਾਹਰ ਵੜਦੀ ਬੋਲੀ ਆਹੋ ਘਰੇ ਹੀ ਆ ਪੈਣੇ ਕੀ ਕਰਨਾ ਬਸ ਰੋਨੀ ਆ ਜੰਮਣ ਵਾਲਿਆਂ ਨੂੰ ਤੇ ਕਿਸਮਤ ਲਿਖਣ ਵਾਲੇ ਨੂੰ ਪੂਰੋ ਦੁਖੀ ਮਨ ਨਾਲ ਬੋਲੀ ਨੀ ਕਾਹਨੂੰ ਕਲਪਨਾ ਕਰਦੀ ਐ ਜਿੰਨੇ ਮੁਸੀਬਤ ਚ ਪਾਇਆ ਉਹੀ ਇਸ ਬੁਰੇ ਸਮੇਂ ਚੋਂ ਕੱਢ ਵੀ ਦਿਓ ਭੈਣੇ ਨਾ ਮਾੜਾ ਜੰਮੇ ਨਾ ਮਾੜਾ ਆਵੇ ਸੁਰਜੀਤ ਕੌਰ ਬੋਲੀ ਬਸ ਪੁੱਛਣਾ ਭੈਣੇ ਆ ਜਾ ਬਹਿ ਜਾ ਹੋਰ ਦੱਸ ਤੇਰੇ ਘਰ ਵਾਲਾ ਸਾਰੇ ਠੀਕ ਆ ਪੂਰੋ ਨੇ ਪੁੱਛਿਆ ਵਾਲਾ ਹੀ ਵਧੀਆ ਭੈਣੇ ਅੱਜ ਦੀ ਘੜੀ ਤਾਂ ਕੱਲ ਕਿੰਨੇ ਦੇਖਿਆ ਨੂ ਪੁੱਤ ਵਾਲੇ ਹੀ ਸਿਆਣੇ ਆ ਕੰਮ ਧੰਦਾ ਕਰਦੇ ਆ ਨਾਲੇ ਮੈਨੂੰ ਪੁੱਛ ਗੱਲ ਕਰਦੇ ਆ surjit kaur ਨੇ puro ਦੇ ਜ਼ਖਮਾਂ ਤੇ ਲੂਣ ਛਿੜਕਦੇ ਹੋਏ ਕਿਹਾ ਵਧੀਆ ਗੱਲ ਆ ਭੈਣੇ ਧੀ ਪੁੱਤ ਨਾ ਕਿਸੇ ਦਾ ਮਾੜਾ ਨਿਕਲੇ ਮੇਰੇ ਤਾਂ ਸ਼ੋਰ ਨੇ ਸਾਡੀ ਜੂਨ ਰੋਲਤੀ ਕਹਿੰਦੇ ਹੋਏ ਭੂਰੋ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਕੋਈ ਨਾ ਤੂੰ ਫਿਕਰ ਨਾ ਕਰ ਵਾਹਿਗੁਰੂ ਸਭ ਠੀਕ ਕਰ ਦੂ ਤੂੰ ਬਸ ਧੀਆਂ ਵਿਆਹ ਕੇ ਤੋੜ ਦੇ ਤੇ ਇਹਨਾਂ ਦੇ ਬੋਝ ਤੋਂ ਸੁਰਖਰੂ ਹੋ ਜਾ। ਸੁਰਜੀਤ ਕੌਰ ਨੇ ਕਿਹਾ ਤਾਂ ਭੂਰੋ ਦੀਆਂ ਇਹ ਸੋਚ ਕੇ ਅੱਖਾਂ ਭਾਰ ਆਈਆਂ ਕਿ ਲੋਕ ਬੋਝ ਧੀਆਂ ਨੂੰ ਕਹਿੰਦੇ ਆ ਪਰ ਸਭ ਤੋਂ ਵੱਡਾ ਬੋਝ ਮਾਪਿਆਂ ਤੇ ਧਰਤੀ ਉੱਤੇ ਸੁਖਚੈਨ ਵਰਗੇ ਪੁੱਤ ਹੁੰਦੇ ਆ ਧੀਆਂ ਦਾ ਮਾਪਿਆਂ ਤੇ ਤਰਸ ਕਰਦੀਆਂ ਉਹਨਾਂ ਦਾ ਸਹਾਰਾ ਬਣਦੀਆਂ। ਪਹਿਣੇ ਹੋਣ ਤਾਂ ਡਰ ਲੱਗਦਾ ਜਿਹੜੇ ਹਿਸਾਬ ਨਾਲ ਮੁੰਡਾ ਸਾਡੀ ਮਿੱਟੀ ਪਲੀਤ ਕਰਨ ਲੱਗਾ ਇਹਨਾਂ ਧੀਆਂ ਦਾ ਵੀ ਰਿਸ਼ਤਾ ਕੋਈ ਲਊ ਕਿ ਨਹੀਂ ਇਹੋ ਜੇ ਘਰੇ ਰਿਸ਼ਤਾ ਜੋੜਨੋਂ ਹਰੇਕ ਬੰਦਾ ਡਰਦਾ ਕਿਤੇ ਉਸ ਕੰਜਰ ਦੀਆਂ ਕਰੀਆਂ ਮੇਰੀਆਂ ਫੁੱਲਾਂ ਵਰਗੀਆਂ ਧੀਆਂ ਨੂੰ ਨਾ ਪਰਨੀਆਂ ਪੈ ਜਾਣ ਪੂਰੋ ਦੇ ਹੰਝੂ ਨਹੀਂ ਸੁੱਕ ਰਹੇ ਸਨ ਰੋ ਨਾ ਮੇਰੀ ਭੈਣ ਰੋ ਰੋ ਕੇ ਦੀਵੇ ਗਾਲ ਲਵੇਗੀ ਮੁੜ ਕੇ ਕਿਸੇ ਨੇ ਸਾਹਮੜਾ ਨਹੀਂ ਤੇਰੇ ਨਾਲ ਮੈਂ ਉਹੀ ਗੱਲ ਕਰਨ ਨਹੀਂ ਆ ਜਿੱਥੇ ਦਲੀਪੋ ਤੇ ਬਿੰਦਰ ਵਿਆਹੀਆਂ ਉੱਥੇ ਨਾਲ ਦੇ ਪਿੰਡ ਉਹ ਵੇਖੀ ਨਾ ਕੀ ਕਹਿੰਦੇ ਹੁੰਦੇ ਆ ਸਾਡੇ ਮੁੰਡੇ ਦੀ ਸਾਲੀ ਆ ਉਹਦੇ ਤਾਏ ਸਹੁਰੇ ਦੇ ਪੋਤਾ ਸਕੇ ਭਰਾ ਦੋ ਵਾਲੇ ਹੀ ਸਿਆਣੇ ਨੇ ਸੁਨੱਖੇ ਮੁੰਡੇ ਆ ਦੋਨਾਂ ਭਰਾਵਾਂ ਦਾ ਆਬਦਾ ਨਹੀਂ ਆ ਹੋਟਲਾਂ ਦਾ ਕੰਮ ਆ ਪੜੇ ਲਿਖੇ ਮੁੰਡੇ ਆ ਬਸ ਕੁੜੀਆਂ ਸੋਹਣੀਆਂ ਤੇ ਸਿਆਣੀਆਂ ਪਾਲਦੇ ਆ ਭਿੰਦੇ ਦੀ ਸਾਲੀ ਨੇ 10 ਪਾਈ ਸੀ ਬਿੰਦਰ ਤੇ ਜੀਤੋ ਦੀ ਉਹ ਕਹਿੰਦੇ ਅਸੀਂ ਤਾਂ ਕੁੜੀ ਚੁੰਨੀ ਵੀ ਚੜ੍ਹਾ ਲਿਆਵਾਂਗੇ ਬਾਕੀ ਨੇੜੇ ਪਿੰਡ ਹੋਣ ਕਰਕੇ ਦਲੀਪੋ ਤੇ ਪ੍ਰੀਤੋ ਦੀ ਜੋ ਬਾ ਸੁਣ ਕੇ ਤਾਂ ਉਹ ਵਾਲੇ ਹੀ ਤਿਆਰ ਆ ਬਿੰਦਰ ਤੇ ਜੀਤੋ ਦਾ ਰਿਸ਼ਤਾ ਲੈਣ ਵਾਸਤੇ surjeet कौर ਨੇ ਗੱਲ ਨਿਬੜ ਕੇ ਸਾਹ ਲਿਆ ਅੱਛਾ ਭੈਣੇ ਜਮੀਨ ਜਮੂਨ ਕਿੰਨੀ ਕੋ ਆ ਤੇ ਭਲਾ ਸੁਖ ਚੈਨ ਬਾਰੇ ਪਤਾ ਉਹਨਾਂ ਨੂੰ ਜੇ ਭੈਣੇ ਉਹ ਰਿਸ਼ਤਾ ਲੈ ਲੈਣ ਅਸੀਂ ਤਾਂ ਪਾਹ ਦਾ ਨਾ ਪੁੱਛੀਏ ਪੂਰੋ ਦੀਆਂ ਅੱਖਾਂ 'ਚ ਚਮਕ ਆ ਗਈ ਭੈਣੇ ਪਤਾ ਤਾਂ ਉਹਨਾਂ ਨੂੰ ਹੈਗਾ ਪਰ ਉਹ ਤੇਰੇ ਵੱਡੇ ਜਵਾਈਆਂ ਵਾਂਗੂ ਕਹਿੰਦੇ ਸਾਨੂੰ ਕੁੜੀਆਂ ਸਿਆਣੀਆਂ ਚਾਹੀਦੀਆਂ ਬਸ ਅਸੀਂ ਹੋਰ ਕਿਸੇ ਤੋਂ ਕੀ ਲੈਣਾ ਮੈਂ ਤਾਂ ਭੈਣੇ ਐਂ ਕਹਿੰਦੀ ਸੀ ਤੁਸੀਂ ਦਲੀਪੋ ਕਿਆਂ ਨੂੰ ਕਹਿ ਕੇ ਪਤਾ ਕਰ ਲੋ ਜੇ ਭਾਈ ਤੁਹਾਨੂੰ ਚੰਗਾ ਲੱਗੇ ਤਾਂ ਉਹਨਾਂ ਨੂੰ ਹੀ ਵੇਚਰ ਰੱਖ ਲੋ ਵਿਚੋਲੇ ਸਰਜੀਤ ਕੌਰ ਨੇ ਕਿਹਾ ਨਹੀਂ ਨਹੀਂ ਭੈਣੇ ਤੂੰ ਦੱਸ ਪਾਈ ਐ ਤੁਸੀਂ ਹੀ ਵੇਚ ਰਹਿ ਕੇ ਗੱਲ ਕਰੋ ਫੇਰ ਤੁਹਾਡੇ ਤੇ ਵੀ ਸਾਨੂੰ ਓਨਾ ਹੀ ਯਕੀਨ ਆ ਭੂਰੋ ਬੋਲੀ ਚੱਲ ਫੇਰ ਤੂੰ ਭੋਲੇ ਨਾਲ ਗੱਲ ਕਰ ਲਈ ਅਸੀਂ ਗੱਲ ਤੋੜਦੇ ਆ ਪਰ ਤੁਸੀਂ ਇੱਕ ਵਾਰ ਦਲੀਪਾ ਨੂੰ ਕਹਿ ਕੇ ਪਰੌਣਿਆਂ ਤੋਂ ਪਤਾ ਕਰਕੇ ਤਸੱਲੀ ਕਰ ਲਓ ਭਾਈ surjeet kaur ਉੱਠਦੀ ਹੋਈ ਬੋਲੀ ਉਹ ਤਾਂ ਕਰ ਲਵਾਂਗੇ ਭੈਣੇ ਤੁਸੀਂ ਜਲਦੀ ਤੋਂ ਜਲਦੀ ਗੱਲ ਤੋੜੋ ਫੇਰ ਆਪਾਂ ਧੀਆਂ ਨੂੰ ਤਾਂ ਚੰਗੇ ਘਰੀ ਤੋਰੀਏ ਭੂਰੋ ਨੇ ਕਿਹਾ ਕੋਈ ਨਹੀਂ ਤੂੰ ਬੇਫਿਕਰ ਰਹਿ ਕਰ ਬਹੁਤ ਚੰਗਾ ਭਾਈ ਆਪਾਂ ਹੁਣ ਉੱਥੇ ਗੱਲ ਸ਼ੁਰੂ ਕਰ ਲੈਨੇ ਆਂ ਕਹਿੰਦੇ ਹੋਏ ਸੁਰਜੀਤ ਕੌਰ ਘਰ ਨੂੰ ਤੁਰ ਗਈ ਸੁਰਜੀਤ ਕੌਰ ਦੀਆਂ ਗੱਲਾਂ ਸੁਣ ਕੇ ਪੂਰੋ ਦੇ ਮਨ ਨੂੰ ਤਰਵਾਸ ਮਿਲਿਆ ਕਿ ਚਲੋ ਕੁੜੀਆਂ ਆਪਦੇ ਘਰੇ ਜਾਣ ਤਾਂ ਉਹਨਾਂ ਦੀ ਚਿੰਤਾ ਤਾਂ ਘਟ ਜੇ ਪੂਰੋ ਨੂੰ ਹੁਣ ਇਹ ਸੀ ਜਲਦੀ ਨਾਲ ਹੀ ਇਹ ਗੱਲ ਭੋਲੇ ਤੇ ਦੂਜੇ ਕੁੜੀ ਦੇ ਪਰੋਣਿਆਂ ਨਾਲ ਕਰਕੇ ਧੀਆ ਦੇ ਕਾਰਜ ਰਾਸ ਕਰ ਦੇਵੇ ਇਧਰ ਭੋਲਾ ਖੁਦ ਨਾਲ ਹੀ ਪੈਸਿਆਂ ਲਈ ਉਦੇੜ ਬਉਣ ਕਰਦਾ ਆੜਤੀਏ ਕੋਲ ਪਹੁੰਚ ਗਿਆ ਸੀ ਉਹਨੇ ਅਜੇ ਤੱਕ ਆੜਤੀਏ ਤੋਂ ਵਾਧੂ ਪੈਸੇ ਨਹੀਂ ਮੰਗੇ ਸਨ ਹਮੇਸ਼ਾ ਫਸਲ ਦਾ ਪੈਸਾ ਆੜਤੀਏ ਵੱਲ ਵਧਦਾ ਸੀ ਪਰ ਅੱਜ ਉਹਨੂੰ ਪੈਸਿਆਂ ਦੀ ਲੋੜ ਪੈ ਗਈ ਸੀ ਮੰਗਣ ਲਈ ਉਹਨੂੰ ਬੜੀ हिਚਕਿ ਚਾਹਤ ਮਹਿਸੂਸ ਹੋ ਰਹੀ ਸੀ ਭੋਲੇ ਨੇ ਬਚਪਨ ਤੋਂ ਹੀ ਸਖਤ ਮਿਹਨਤ ਕੀਤੀ ਸੀ ਤੇ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਿਆ ਸੀ ਪਰ ਅੱਜ ਜਿਸ ਪੁੱਤ ਨੇ ਸਹਾਰਾ ਬਣਨਾ ਸੀ ਉਸੇ ਨੇ ਉਹਨੂੰ ਉਹ ਥਾਂ ਦਿਖਾ ਦਿੱਤੇ ਸੀ ਜੋ ਕਦੇ ਉਹਨੇ ਸੋਚੇ ਵੀ ਨਹੀਂ ਸੀ ਕੀ ਗੱਲ ਐ ਭੋਲਾ ਸਿਓ ਆ ਜਾ ਲੰਘ ਅੰਦਰ ਕਿਵੇਂ ਬਾੜ ਚ ਖੜਾ ਜਿਵੇਂ ਦੁਕਾਨ ਚ ਵੜਨ ਤੋਂ ਡਰ ਲੱਗਦਾ ਹੋਵੇ ਆ ਬਾਣਿਏ ਨੇ ਭੋਲੇ ਨੂੰ ਦੁਕਾਨ ਦੇ ਬਾਹਰ ਖੜਾ ਦੇਖ ਕੇ ਕਿਹਾ ਨਹੀਂ ਨਹੀਂ ਲਾਲਾ ਜੀ ਡਰਨਾ ਤਾਂ ਕਾਹਤੋਂ ਆ ਉਹੀ ਬਸ ਆਉਂਦਾ ਹੀ ਸੀ ਤੁਹਾਡੇ ਕੋਲ ਹੀ ਆਇਆ ਸੀ ਨਾਲੇ ਜੱਟ ਦਾ ਬਾਣਿਏ ਬਿਨ ਕੀ ਬਣਦਾ 12 ਕਾਦਮ ਤੱਕ ਮੁੜ ਕੇ ਜਾਉ ਭੋਲੇ ਨੇ ਦੁਕਾਨ 'ਚ ਵੜਦੇ ਆ ਕਿਹਾ ਆਹੋ ਆਹੋ ਭਾਈ ਦੋਨੋਂ ਇੱਕ ਦੂਜੇ ਦੇ ਪੂਰਕ ਆ ਤੇਰਾ ਮੇਰੇ ਬਿਨ ਨਹੀਂ ਸਰਦਾ ਮੈਂ ਤੇਰੇ ਬਿਨ ਕੱਖ ਨਹੀਂ ਦੱਸ ਕੀ ਸੇਵਾ ਕਰਾੜਤੀਏ ਨੇ ਗੱਲ ਦਾ ਜਵਾਬ ਦਿੱਤਾ ਸੇਵਾ ਵੀ ਦੱਸਦਾ ਤੇਰੇ ਨਾਲ ਇਕੱਲੇ ਨਾਲ ਗੱਲ ਕਰਨੀ ਐ ਜ਼ਰੂਰੀ ਕੰਮ ਐ ਕੰਮ ਕਰਨਾ ਵੀ ਜ਼ਰੂਰ ਪਊ ਤੈਨੂੰ ਤੇਰੇ ਬਿਨ ਇਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਭੋਲੇ ਨੇ ਇੱਧਰ ਉੱਧਰ ਬੈਠੇ ਗਾਕਾਂ ਵੱਲ ਦੇਖ ਕੇ ਕਿਹਾ ਅੱਛਾ ਇਹੋ ਜੀ ਕੀ ਲੋੜ ਪੈ ਗਈ ਕੋਈ ਨਹੀਂ ਜੇ ਮੇਰੇ ਕਰਨ ਦਾ ਕੰਮ ਹੈ ਮੈਂ ਜ਼ਰੂਰ ਕਰੂੰ ਓਏ ਮੁਨੀਮਾ ਤੋਰ ਬਾਈ ਜਲਦੀ ਗਾਕਾਂ ਨੂੰ ਭੋਲੇ ਦੀ ਗੱਲ ਸੁਣ ਅੜਤੀਏ ਨੇ ਮੁਨੀਮ ਨੂੰ ਆਵਾਜ਼ ਮਾਰੀ ਆੜਤੀਏ ਦਾ ਉਗਮਸ ਉਹਨਕੇ ਮੁਨੀਮ ਜਲਦੀ ਜਲਦੀ ਗਾਹਕਾਂ ਦਾ ਸੌਦਾ ਤੋਲਣ ਲੱਗਾ ਆੜਤੀਏ ਨੂੰ ਵੀ ਕਾਲ ਸੀ ਸੁਣਨ ਦੀ ਕਿ ਭੋਲੇ ਨੂੰ ਉਹਦੇ ਤੱਕ ਕਿਹੜਾ ਜ਼ਰੂਰੀ ਕੰਮ ਪੈ ਗਿਆ ਏ ਭੋਲੇ ਦਾ ਮਨ ਦੋ ਚੀਤੀ ਵਿੱਚ ਫਸਿਆ ਹੋਇਆ ਸੀ ਕਿ ਉਹ ਆੜਤੀਏ ਤੋਂ ਪੈਸੇ ਕਿਵੇਂ ਮੰਗੇ ਚੱਲ ਮੰਗ ਵੀ ਲਊ ਤੇ ਆੜਤੀਆ ਇੰਨੇ ਪੈਸੇ ਦਿਓ ਵੀ ਕਿ ਨਹੀਂ ਹਾਂ ਭਾਈ ਭੋਲਾ ਸਿਓ ਹੁਣ ਦੱਸ ਕੀ ਕੰਮ ਐ ਸਾਰੇ ਗਾਹਕ ਤੇਰੇ ਮਾਰੇ ਨੇ ਕਾਲੀ ਕਾਲੀ ਤੋਰਤੇ ਬੋਲ ਭਾਈ ਆੜਤੀਆ ਬੋਲਿਆ ਉਹ ਲਾਲਾ ਜੀ ਮੈਨੂੰ ਨਾ ਮੈਨੂੰ ਤੁਹਾਡੇ ਤੱਕ ਜ਼ਰੂਰੀ ਕੰਮ ਸੀ ਉਹ ਥੋੜੇ ਜੇ ਪੈਸਿਆਂ ਦੀ ਲੋੜ ਸੀ ਜੇ ਤੁਸੀਂ ਕਿਰਪਾ ਕਰੋ ਤਾਂ ਮੇਰਾ ਅੜਿਆ ਕੰਮ ਨਿਕਲ ਜੇ ਭੋਲੇ ਨੇ ਹੱਕ ਲਾਉਂਦੇ ਹੋਏ ਮਸਾਂ ਗੱਲ ਪੂਰੀ ਕੀਤੀ ਲੈ ਹੇ ਦੱਸ ਮੈਂ ਕਿਹਾ ਪਤਾ ਨਹੀਂ ਕੀ ਗੱਲ ਐ ਦੇਵੀ ਦੀ ਸੋਂਹ ਡਰਾ ਹੀ ਦਿੱਤਾ ਸੀ ਪੈਸੇ ਭਾਈ ਲੈ ਜਾ ਕਿੰਨੇ ਕੋ ਚਾਹੀਦੇ ਤੇਰੇ ਵੱਲੋਂ ਪੈਸਿਆਂ ਦਾ ਕੋਈ ਖਤਰਾ ਨਹੀਂ ਮੈਨੂੰ ਤੈਨੂੰ ਦਿੱਤੇ ਪੈਸੇ ਕਿੱਧਰ ਨਹੀਂ ਜਾਂਦੇ ਆੜਤੀਏ ਨੇ ਜਵਾਬ ਦਿੱਤਾ ਗੱਲ ਉਹ ਨਹੀਂ ਮੈਨੂੰ ਵਾਵਾ ਪੈਸੇ ਚਾਹੀਦੇ ਆ 5 ਕੋ ਲੱਖ ਤਾਂ ਮੇਰਾ ਜਮਾ ਹੀ ਪਿਆ ਕੁਝ ਹੋਰ ਚਾਹੀਦੇ ਫਸਲ ਨਾਲ ਤਾਰ ਦੂੰ ਮੈਂ ਭੋਲੇ ਨੇ ਵਿਚਲੀ ਗੱਲ ਦੱਸੀ ਕਿਹੜਾ 5 ਲੱਖ ਕਿੱਥੇ ਜਮਾ ਐ ਉਹ ਤਾਂ ਭਾਈ ਤੇਰਾ ਮੁੰਡਾ ਫੜ ਕੇ ਲੈ ਗਿਆ ਸੀ ਦੇਵੀ ਦੀ ਸੋਹ ਉਹ ਕਹਿੰਦਾ ਸੀ ਕਿ ਮੇਰੇ ਬਾਪੂ ਨੇ ਕਿਹਾ ਏ ਆੜਤੀ ਨੇ ਹਰਾਣ ਹੋ ਕੇ ਦੱਸਿਆ ਹੈ ਲੈ ਗਿਆ 5 ਲੱਖ ਲੈ ਗਿਆ ਇੰਨੇ ਪੈਸੇ ਆਰਤੀ ਦੀ ਗੱਲ ਸੁਣ ਕੇ ਭੋਲੇ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ ਉਹਨੂੰ ਇੱਕ ਪਲ ਲਈ ਲੱਗਾ ਜਿਵੇਂ ਉਹਦੇ ਦਿਲ ਦੀ ਧੜਕਣ ਰੁਕ ਗਈ ਹੋਵੇ ਉਹਦਾ ਸਰੀਰ ਸੁੰਨ ਹੋ ਗਿਆ ਤੇ ਸਾਹ ਔਖਾ ਹੋ ਗਿਆ ਆਉਣ ਲੱਗਾ ਭੋਲੇ ਨੂੰ ਉਮੀਦ ਨਹੀਂ ਸੀ ਕਿ ਉਹਦਾ ਪੁੱਤ ਇਹੋ ਜੇ ਧੋਖੇ ਵੀ ਉਹਦੇ ਨਾਲ ਕਰੂਗਾ ਕਿੰਨਾ ਚਾਵਾਂ ਲਾਡਾਂ ਨਾਲ ਉਹਨੇ ਪੁੱਤ ਲਿਆ ਸੀ ਅੱਜ ਕਿਸ ਮੋੜ ਤੇ ਖੜਾ ਕਰ ਦਿੱਤਾ ਸੀ ਸੁਖਚੈਨ ਨੇ ਉਹਨੂੰ ਭੋਲਾ ਸਿਆ ਕੀ ਹੋਇਆ ਤੂੰ ਠੀਕ ਤਾਂ ਹੈ ਤੈਨੂੰ ਦੱਸਿਆ ਨਹੀਂ ਤੇਰੇ ਮੁੰਡੇ ਨੇ ਕਿ ਉਹ ਪੈਸੇ ਲੈ ਗਿਆ ਸੀ ਤੂੰ ਨਹੀਂ ਭੇਜਿਆ ਸੀ ਉਹਨੂੰ ਫਿਰ ਕਿੰਨੇ ਭੇਜਿਆ ਸੀ ਕਿੰਨੇ ਹੀ ਸਵਾਲ ਜਵਾਬਾਂ ਦੀ ਮੰਗ ਕਰਨ ਲੱਗੇ ਮੈਂ ਮੈਂ ਆ ਉਹਨੂੰ ਅੱਜ ਤੱਕ ਨਹੀਂ ਭੇਜਿਆ ਫਿਰ ਹੁਣ ਕਿੱਥੋਂ ਭੇਜੂ ਮੈਂ ਨਹੀਂ ਭੇਜਿਆ ਸੀ ਮੈਂ ਤਾਂ ਆ ਪਾਉਣਾ ਜਦ ਵੀ ਆਉਣਾ ਤੂੰ ਲਾਲਾ ਉਹਨੂੰ ਪੈਸੇ ਕਿਉਂ ਦਿੱਤੇ ਮੈਨੂੰ ਬਿਨ ਪੁੱਛੇ ਪੁੱਛੇ ਤਾਂ ਛੱਡ ਮੈਂ ਤੈਨੂੰ ਕਦੇ ਅੱਗੇ ਪਿੱਛੇ ਕਹਿ ਕੇ ਗਿਆ ਕਿ ਭਾਈ ਮੇਰਾ ਮੁੰਡਾ ਆਵੇ ਤਾਂ ਉਹਨੂੰ ਪੈਸੇ ਦੇ ਦਵਾਂੀ ਭੋਲੇ ਦਾ ਮਨ ਘਬਰਾ ਉੱਠਿਆ ਉਹ ਤੂੰ ਪਹਿਲਾ ਪਾਣੀ ਪੀ ਭੋਲਿਆ ਫਿਰ ਮੇਰੀ ਗੱਲ ਸੁਹਣਾ ਮੈਂ ਕਿਹੜਾ ਨਵਾਂ ਕੰਮ ਕਰਨ ਲੱਗਿਆ ਮੇਰੇ ਦਾਦੇ ਪੜਦਾਦੇਆਂ ਕੋਲ ਤੁਹਾਡੀ ਪੁਰਾਣੇ ਸਮੇਂ ਤੋਂ ਆੜਤ ਚੱਲਦੀ ਐ ਤੇਰੇ ਪਿਓ ਦੇ ਹੁੰਦੇ ਤੂੰ ਤੇ ਤੇਰੇ ਭਰਾ ਵੀ ਤਾਂ ਪੈਸੇ ਫੜ ਕੇ ਲੈ ਹੀ ਜਾਂਦੇ ਸੀ ਨਾਲੇ ਪਿਓ ਮਗਰੋਂ ਪੋਤੀ ਕਬੀਲਦਾਰੀ ਸਾਹਮ ਦਾ ਭਾਈ ਮੈਨੂੰ ਲੱਗਾ ਤੂੰ ਕੰਮ 'ਚ ਬਿਜੀ ਐ ਇਸੇ ਲਈ ਤੂੰ ਮੁੰਡੇ ਨੂੰ ਭੇਜਤਾ ਦੇਵੀ ਦੀ song ਆੜਤੀਆ ਵੀ ਡਰ ਗਿਆ ਸੀ ਉਹ ਭਰਾਵਾ ਲੋਕਾਂ ਦੇ ਸਲੱਗ ਪੁੱਤ ਸਾਹਮਦੇ ਹੋਣੇ ਕਬੀਲਦਾਰੀਆਂ ਪਿਓ ਦੀ ਮੇਰਾ ਸ਼ੋਰ ਏਡਾ ਸਲੱਗ ਹੈਣੀ ਕਮਾਲ ਕਰਤੀ ਤੂੰ ਵੀ ਹੈ 5 ਲੱਖ ਰੁਪਈਆ ਚੱਕ ਕੇ ਕੱਲ ਦੇ ਸ਼ੋਰ ਨੂੰ ਫੜਾਤਾ ਭੋਲੇ ਦਾ ਦੁੱਖ ਹੁਣ ਗੁੱਸੇ 'ਚ ਬਦਲ ਰਿਹਾ ਸੀ ਮੈਂ ਮੰਨਦਾ ਫੜਾਤਾ ਪਰ ਮੈਨੂੰ ਕੀ ਪਤਾ ਤੇਰੇ ਸ਼ੋਰ ਬਾਰੇ ਤੈਨੂੰ ਤਾਂ ਪਤਾ ਹੀ ਸੀ ਨਾ ਤੂੰ ਮੈਨੂੰ ਦੱਸ ਜਾਂਦਾ ਕਹਿ ਜਾਂਦਾ ਉਦੋਂ ਤਾਂ ਤੁਸੀਂ ਲੋਕ ਰੱਖਦੇ ਹੋ ਪੜਦੇ ਹੈ ਰੱਬ ਝੂਠ ਨਾ ਬੁਲਾਵੇ ਆੜਤੀਆ ਸਭ ਪਾਸਿਓ ਪੱਲਾ ਝਾੜਨ ਨੂੰ ਫਿਰਦਾ ਸੀ ਭੋਲੇ ਦਾ ਦਿਮਾਗ ਚੱਕਿਆ ਗਿਆ ਸੀ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹੁਣ ਕਰੇ ਤਾਂ ਕੀ ਕਰੇ ਇੱਕ ਉਮੀਦ ਸੀ ਕਿ ਪੰਜ ਕੋ ਲੱਖ ਤਾਂ ਹੈਗਾ ਬਾਕੀ ਲਾਲੇ ਦੀਆਂ ਮਿੰਤਾ ਤਰਲੇ ਕਰ ਲਾਂਗੇ ਪਰ ਬੱਬਰ ਸ਼ੇਰ ਨੇ ਤਾਂ ਇਹ ਖਾਤੇ ਨੂੰ ਵੀ ਹੁੰਝਾ ਫੇਰ ਦਿੱਤਾ ਸੀ ਇਹ ਕਪਾਲ ਲਈ ਤਾਂ ਉਹਦਾ ਦਿਲ ਕੀਤਾ ਕਿ ਦਫਾ ਕਰੇ ਇਹੋ ਜੇ ਪੁੱਤ ਨੂੰ ਕੋਈ ਲੋੜ ਨਹੀਂ ਜੇਲ੍ਹੋਂ ਬਾਹਰ ਕੱਢਣ ਦੀ ਉਹ ਉਥੇ ਸਮਿਆਂ ਹੀ ਲੋਟ ਆ ਕਮ ਸੇ ਕਮ ਦੁੱਖ ਤਾਂ ਨਹੀਂ ਦੇਉ ਪਰ ਫੇਰ ਉਹਨੂੰ ਪੁੱਤ ਦੇ ਕੀਤੇ ਤਰਲੇ ਮਿੰਤਾ ਤੇ ਅੱਗੇ ਤੋਂ ਸੁਧਰ ਜਾਣ ਦੇ ਵਾਦੇ ਯਾਦ ਆਏ ਤਾਂ ਇੱਕ ਪਿਓ ਦਾ ਮਨ ਫੇਰ ਤੋਂ ਪਿਗਲ ਗਿਆ ਭੂਰੋ ਵੀ ਤਾਂ ਆਂਦੀ ਸੀ ਸਾਰਾ ਕੁਝ ਸੁਖ ਚੈਨ ਦਾ ਹੀ ਆ ਬਥੇਰੀ ਜ਼ਮੀਨ ਜਾਇਦਾਦ ਹੈ ਜੇ ਪੋਤੀ ਘਰ ਨਾ ਹੋਊ ਤਾਂ ਜ਼ਮੀਨ ਦਾ ਵੀ ਕੋਈ ਕੀ ਕਰਾਂਗੇ ਇਸ ਵਾਰ ਉਹਨੂੰ ਛੁਡਾ ਕੇ ਦੇਖ ਲੈਣਾ ਖਬਰੇ ਸੁਧਰੀ ਜਾਵੇ ਭੋਲਾ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ ਮੈਨੂੰ ਕੁਛ ਕਿਹਾ ਉਹ ਭੋਲਿਆ ਕਿਉਂ ਇੰਨਾ ਦਿਲ ਤੇ ਲਾਈ ਜਾਣਾ ਗੱਲ ਨੂੰ ਕੋਈ ਨਹੀਂ ਬਥੇਰੀ ਜ਼ਮੀਨ ਹੈ ਤੇਰੇ ਕੋਲ ਫਿਰ ਕੀ ਹੋ ਗਿਆ ਮੁੰਡਾ ਵੀ ਤੇਰਾ ਹੀ ਆ ਕਿਸੇ ਨੇ ਦੱਬੇ ਖੋਏ ਤਾਂ ਨਹੀਂ ਕੋਈ ਨਹੀਂ ਤੂੰ ਪੈਸੇ ਲੈ ਜਾ ਜਿੰਨੇ ਕੋ ਤੈਨੂੰ ਲੋੜ ਆ ਬਾਣੀਆਂ ਨੇ ਭੋਲੇ ਨੂੰ ਹੌਸਲਾ ਦਿੰਦੇ ਹੋਏ ਕਿਹਾ ਹਾਂ ਹਾਂ ਆਹੋ ਕੋਈ ਨਹੀਂ ਮੇਰਾ ਹੀ ਪੋਤਾ ਲਾਡਲਾ ਪੋਤਾ ਕੋਈ ਨਹੀਂ ਜਿਹੜਾ ਕੁਝ ਹੋ ਗਿਆ ਪਰ ਤੂੰ ਹੁਣ ਮੈਨੂੰ ਪੈਸੇ ਦੇ ਦੇ ਮੈਨੂੰ ਬੜੀ ਲੋੜ ਹੈ ਪੁੱਤ ਮੇਰਾ ਜੇਲ੍ਹ 'ਚ ਬੈਠਾ ਉਹਨੂੰ ਜੇਲ੍ਹ 'ਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ ਮੈਂ ਸਾਰੇ ਪੈਸੇ ਫਸਲ ਨਾਲ ਮੋੜ ਦੇ ਹਾਂ ਭੋਲਾ ਕਮਲਿਆਂ ਵਾਂਗ ਗਿੜਗੜਾਇਆ ਕੋਈ ਨਹੀਂ ਬੋਲੇ ਕੋਈ ਨਹੀਂ ਦੱਸ ਕਿੰਨੇ ਪੈਸੇ ਦੇਵਾਂ 10000 20000 ਕੇ 50000 ਚਾਹੀਦਾ ਆੜਤੀ ਨੇ ਆਪਦੇ ਛੋਟੇ ਜਿਹੇ ਦਿਲ ਮੁਤਾਬਿਕ ਛੋਟੀ ਜੀ ਰਕਮ ਬੋਲੀ ਨਾ ਨਾ ਲਾਲਾ ਜੀ ਇਹ ਹਜ਼ਾਰਾਂ ਚ ਸਰਨ ਵਾਲਾ ਕੰਮ ਹੁੰਦਾ ਤਾਂ ਮੈਂ ਘਰ ਹੀ ਸਾਰ ਲੈਂਦਾ ਇੰਨੇ ਕੋ ਪੈਸੇ ਤਾਂ ਮੈਂ ਸੁੱਖ ਨਾਲ ਘਰੇ ਰੱਖਦਾ ਸੀ ਆ ਲੱਖਾਂ ਦੀ ਗੱਲ ਕਰ ਤੂੰ ਮੇਰੇ ਮੁੰਡੇ ਤੇ ਚਿੱਟੇ ਦਾ ਕੇਸ ਪੈ ਗਿਆ ਇਤੋਂ ਹੁਣ ਕੀ ਲਕੋ ਆ ਮੈਨੂੰ 22 ਲੱਖ ਰੁਪਏ ਚਾਹੀਦਾ ਉਹਨੂੰ ਛਡਾਉਣ ਲਈ ਭੋਲੇ ਨੇ ਕਿਹਾ ਹੈ ਆ ਰਾਮ ਰਾਮ ਭਾਈ ਕਿਹੋ ਜਿਹੀ ਗੱਲ ਕਰਨ ਲੱਗਾ ਏ ਇੰਨੇ ਪੈਸੇ ਕਿੱਥੋਂ ਦੇਵਾਂ ਮੈਂ ਤੂੰ ਤਾਂ ਭੋਲਾ ਸਿਆ ਹੈ ਕਹਤਾ ਜਿਵੇਂ ਝਾੜਾ ਨੂੰ ਲੱਗਦੇ ਹੁੰਦੇ ਆ ਇੰਨੇ ਪੈਸੇ ਕਦੇ ਇਕੱਠੇ ਦੇਖੇ ਆ ਦੌਰਾ ਪੈਜੂ ਦੌਰਾ ਦੇਖ ਕੇ ਗੱਲਾਂ ਕਰਦਾ ਆਖੇ 22 ਲੱਖ ਦੇ ਦੇ ਪੂਰੇ ਡੂੜ ਕਿੱਲੇ ਦਾ ਮੁੱਲ ਐ ਆੜ ਤੀ ਐਨੀ ਵੱਡੀ ਰਕਮ ਸੁਣ ਕੇ ਘਬਰਾ ਗਿਆ ਐ ਨਾ ਕਰ ਲਾਲਾ ਅਸੀਂ ਤਾਂ ਤੇਰੇ ਕੋਲ ਹੀ ਆਉਣਾ ਮੇਰੇ ਤਾਂ ਦਾਦੇ ਪੜਦਾਦੇ ਵੀ ਤੇਰੇ ਪਿਓ ਦਾਦੇ ਕੋਲ ਆੜ ਤਾ ਹੁੰਦੇ ਸੀ ਫਿਰ ਹੁਣ ਜੇ ਵਿਪਤਾ ਆਈ ਐ ਤਾਂ ਮੈਂ ਪੈਸੇ ਲੈਣ ਕਿੱਥੋਂ ਜਾਵਾਂ ਆ ਹੱਥ ਜੋੜਦਾ ਤੇਰੇ ਮੋਹਰੇ ਦੇਖ ਮੇਰਾ ਆਖਰੀ ਸਹਾਰਾ ਤੂੰ ਹੀ ਐ ਕਾ ਮੈਨੂੰ ਕੱਲ ਨੂੰ ਪੈਸੇ ਚਾਹੀਦੇ ਆ ਭੋਲੇ ਨੇ ਝੋਲੀ ਅੱਢਦੇ ਹੋਏ ਕਿਹਾ ਉਹ ਭਾਈ ਤੂੰ ਕਮਲਿਆ ਗੱਲਾਂ ਕਿਉਂ ਕਰੀ ਜਾਂਦਾ ਕੋਈ 50 60 ਹਜ਼ਾਰ ਦੀ ਰਕਮ ਹੋਏ ਤਾਂ ਇਦਾਂ 22 ਲੱਖ ਤੈਨੂੰ ਕਿੱਥੋਂ ਦੇ ਦਿਆਂ ਮੈਂ ਦੇਵੀ ਦੀ ਸੌ ਇਹ ਕੰਮ ਨਹੀਂ ਹੋਣਾ ਨਾਲੇ ਜੇ ਮੈਂ ਕਰ ਵੀ ਦੇਵਾਂ ਮੋੜਨ ਦੀ ਗਰੰਟੀ ਕੀ ਹੈ ਵੀ ਸਾਈ ਜੱਟਾਂ ਦੇ ਮੁਕਰੇ ਆ ਪੈਸੇ ਆੜਤੀਏ ਨੇ ਕੋਰਾ ਜਵਾਬ ਦਿੱਤਾ ਬੱਲੇ ਲਾਲਾ ਜੀ ਬੱਲੇ ਵਾਕੇ ਆਈ ਤੁਸੀਂ ਜੱਟਾਂ ਨਾਲੋਂ ਬਹੁਤ ਸਿਆਣੇ ਹੁੰਨੇ ਹੋ ਜਦ ਮੇਰੇ ਪੈਸੇ ਵੱਧਦੇ ਸੀ ਉਦੋਂ ਇਹਦੀ ਗਰੰਟੀ ਸੀ ਭਲਾ ਮੁਕਰਤਾ ਤੂੰ ਹੀ ਵੀ ਸਕਦਾ ਸੀ ਮੇਰੇ ਪੈਸੇ ਤੇਰੇ ਕੋਲ ਕਿੰਨੇ ਸਾਲਾਂ ਦੇ ਪਏ ਆ ਕਦੇ ਮੈਂ ਗਰੰਟੀ ਨਹੀਂ ਮੰਗੀ ਭੋਲੇ ਨੂੰ ਗੁੱਸਾ ਤਾਂ ਬਹੁਤ ਆ ਰਿਹਾ ਸੀ ਪਰ ਕੰਮ ਉਹਦਾ ਸੀ ਇਸ ਲਈ ਉਹ ਹਲੀਮੀ ਨਾਲ ਗੱਲ ਕਰ ਰਿਹਾ ਸੀ ਦੇਖ ਭਾਈ ਭੋਲੇ ਉੱਚਾ ਹੋ ਚਾਹੇ ਨੀਵਾ ਐ ਤਾਂ ਪੈਸੇ ਨਹੀਂ ਮਿਲਨੇ ਜੇ ਪੈਸੇ ਚਾਹੀਦੇ ਆ ਤਾਂ ਕੋਈ ਗਰੰਟੀ ਤਾਂ ਦੇਣੀ ਪਊ ਜੇ ਪੈਸੇ ਚਾਹੀਦੇ ਆ ਮੇਰੀ ਇੱਕ ਸ਼ਰਤ ਹੈ ਕਿਉਂਕਿ ਇੰਨੀ ਜਲਦੀ ਤਾਂ ਭਾਈ ਮੇਰੇ ਕੋਲ ਵੀ ਪੈਸੇ ਹੈ ਨਹੀਂ ਮੈਂ ਵੀ ਕਿਸੇ ਤੋਂ ਲੈ ਕੇ ਦੇਉਂ ਅਗਲਾ ਬੰਦਾ ਗਰੰਟੀ ਤਾਂ ਮੰਗੂਗਾ ਕਿ ਨਹੀਂ ਦੇਵੀ ਦੀ ਸੌ ਬਾਣੀਆਂ ਨੇ ਗੱਲ ਮੁਕਾਈ ਬਾਣिए ਦੀ ਗੱਲ ਸੁਣ ਕੇ ਭੋਲਾ ਸੋਚੀ ਤੈ ਗਿਆ ਕਿ ਹੁਣ ਕੀ ਗਾਰੰਟੀ ਮੰਗੂ ਉਹਦਾ ਮਨ ਅੰਤ ਤੋਂ ਜ਼ਿਆਦਾ ਦੁਖੀ ਹੋ ਗਿਆ ਸੀ ਔਲਾਦ ਬੰਦੇ ਨੂੰ ਕਿਹੋ ਜੇ ਦਿਨ ਦਿਖਾ ਦਿੰਦੀ ਐ ਫਸੀ ਤਾਂ ਫੜਕਣ ਕੀ ਭੋਲੇ ਨੇ ਮਾਨ ਹੀ ਮਨ ਸੋਚਿਆ ਤੇ ਬਾਣिए ਤੋਂ ਸ਼ਰਤ ਪੁੱਛੀ ਭੋਲਾ ਸੋਚਾਂ ਵਿੱਚ ਫਸਿਆ ਹੋਇਆ ਸੀ ਪਰ ਹੁਣ ਔਖਲੀ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ ਮੁਤਾਬਿਕ ਉਹ ਹਰ ਇੱਕ ਔਖ ਸੌਖ ਦਾ ਸਾਹਮਣਾ ਕਰਨ ਲਈ ਤਿਆਰ ਸੀ ਆੜਤੀਏ ਦੇ ਬੋਲਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਕੀ ਗਰੰਟੀ ਮੰਗੇਗਾ ਪਰ ਕਿਤੇ ਨਾ ਕਿਤੇ ਉਹਨੂੰ ਅੰਦਾਜ਼ਾ ਵੀ ਸੀ ਦੇਖ ਭਾਈ ਭੋਲੇ ਅੱਜਕੱਲ ਤਾਂ ਆਪਦੇ ਮਨ ਦੀ ਤਸੱਲੀ ਨਹੀਂ ਫਿਰ ਕਿਸੇ ਦਾ ਕਾਦਾ ਯਕੀਨ ਹੈ ਗਾਰੰਟੀ ਤਾਂ ਚਾਹੀਦੀ ਆ ਦੇਖ ਦੇਵੀ ਦੀ ਸੋ ਜਾਂ ਤਾਂ 5 ਕਿੱਲੇ ਜ਼ਮੀਨ ਗਹਿਣੇ ਲਿਖਾ ਜੇ ਜਾਂ ਫਿਰ ਵਹਿ ਕਰ ਦੇ ਦੋਨੋਂ ਤਰੀਕੇ ਤੈਨੂੰ ਦੱਸ ਤੇ ਜਿਹੜਾ ਤੈਨੂੰ ਚੰਗਾ ਲੱਗਦਾ ਕਰ ਲੈ ਅੜਦੀ ਇਹਨੇ ਖਚਰਾ ਜਿਹਾ ਹਾਸਾ ਹੱਸਦੇ ਹੋਏ ਕਿਹਾ ਵਹਿ ਜ਼ਮੀਨ ਵੇਚਾਂ ਹੁਣ ਮੈਂ ਨਾ ਲਾਲਾ ਜੀ ਜੇ ਜੱਟ ਨੇ ਜ਼ਮੀਨ ਹੀ ਵੇਚਣੀ ਐ ਫੇਰ ਸਾਨੂੰ ਤੁਹਾਡਾ ਫਾਇਦਾ ਕੀ ਆੜਤੀਏ ਤੇ ਜੱਟ ਦਾ ਰਿਸ਼ਤਾ ਹੋਰ ਕਿਸ ਲਈ ਹੁੰਦਾ ਇਸੇ ਲਈ ਹੁੰਦਾ ਕਿ ਜਦ ਕਦੇ ਜੱਟ ਨੂੰ ਲੋੜ ਪਵੇ ਪੈਸੇ ਟਕੇ ਦੀ ਮਦਦ ਲੈ ਸਕੇ ਜੇ ਪੈਸੇ ਜ਼ਮੀਨ ਵੇਚ ਕੇ ਹੀ ਮਿਲਨੇ ਆ ਫੇਰ ਤੇਰਾ ਅਸੀਂ ਕੀ ਕਰਨਾ ਭੋਲਾ ਥੋੜਾ ਤੇ ਲੱਖੀ ਨਾਲ ਬੋਲਿਆ ਓ ਨਾ ਨਾ ਭੋਲਿਆ ਗੁੱਸੇ ਕਾਨੂੰ ਨਾ ਨਾਲੇ ਭਾਈ ਆੜਦੀਆਂ ਮਾੜੇ ਮੋٹے ਪੈਸੇ ਵਾਸਤੇ ਹੁੰਦਾ ਕੋਈ 2 ਜਾਂ 4 ਲੱਖ ਇੰਨੇ ਪੈਸੇ ਆੜਦੀਆ ਵੀ ਕਿੱਥੋਂ ਦੇ ਦੂੰ ਤੈਨੂੰ ਦੱਸਿਆ ਤਾਂ ਹੈ ਕਿਸੇ ਤੋਂ ਫੜ ਕੇ ਪੈਸੇ ਦੇਵਾਂ ਅਗਲਾ ਤਾਂ ਭਾਈ ਗਹਿਣੇ ਜਾਂ ਬੈ ਹੀ ਲਿਖਾਉ ਸੰਸਾਰੀ RAM ਬੋਲਿਆ ਠੀਕ ਹੈ ਭਾਈ ਜਦ ਹੁਣ ਮਾੜਾ ਸਮਾਂ ਈ ਖਲੋਤਾ ਤਾਂ ਸਭ ਕੁਝ ਹੀ ਕਰਨਾ ਪਉ ਜਦ ਅਰਾਵੀ ਵੈਰੀ ਬਣ ਗਿਆ ਫਿਰ ਤੇਰੇ ਤੇ ਸੱਤ ਬਗਾਨੇ ਤੇ ਕਾਹਦਾ ਰੋਸ ਆ ਨਾਲੇ ਕਿਸਮਤ ਮਾੜੀ ਹੋਣੀ ਦੀ ਇਹ ਹੀ ਨਿਸ਼ਾਨੀ ਐ ਸਭ ਪਾਸਿਓਂ ਬੰਦੇ ਦਾ ਹੱਥ ਮੁੜਨ ਲੱਗ ਜਾਂਦਾ ਕਿ ਮੇਰਾ ਗੱਡਾ ਖੜਾ ਸੀ ਇਹੋ ਜੇ ਪੁੱਤ ਬਿਨਾ ਏਦੋਂ ਤਾਂ ਨਾ ਹੀ ਹੁੰਦਾ ਭੋਲਾ ਆਪਣੇ ਆਪ ਤੇ ਕਿਸਮਤ ਨੂੰ ਕੋਸਦੇ ਹੋਏ ਬੋਲਿਆ ਕੋਈ ਨਹੀਂ ਤੂੰ ਕੱਲ ਤੱਕ ਸੋਚ ਲੈ ਫਿਰ ਜਿਵੇਂ ਤੇਰਾ ਮਨ ਬਣੂ ਦੱਸ ਦੀ ਮੈਂ ਮੇਰੇ ਵੱਡੇ ਭਾਈ ਤੋਂ ਪੈਸੇ ਦਵਾ ਦੇਉ ਤੇ ਮੈਂ ਤੂੰ ਉਹਨੂੰ ਲਿਖਾ ਦੀ ਆੜਤੀਏ ਨੇ ਕਿਹਾ ਜ਼ਮੀਨ ਤੇ ਜੱਟ ਦਾ ਰਿਸ਼ਤਾ ਉਹਨਾ ਹੀ ਗੂੜਾ ਹੁੰਦਾ ਏ ਜਿੰਨਾ ਮਾਂ ਤੇ ਪੁੱਤ ਦਾ ਹੁੰਦਾ ਜ਼ਮੀਨ ਜੱਟ ਦੀ ਜਾਨ ਹੁੰਦੀ ਏ ਅਸਲ ਜੱਟ ਦਾ ਜ਼ਮੀਨ ਠੇਕੇ ਤੇ ਨਹੀਂ ਦਿੰਦਾ ਜੱਟ ਬੰਦਾ ਸੋਚਦਾ ਜ਼ਮੀਨ ਮਾਂ ਸਮਾਨ ਏ ਤੇ ਮਾਂ ਨੂੰ ਕਿਸੇ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ ਜਮੀਨਾ ਪਿੱਛੇ ਜੱਟ ਜਾਨ ਦੇ ਵੀ ਸਕਦਾ ਤੇ ਜਾਨ ਲੈ ਵੀ ਸਕਦਾ ਮੁੱਕ ਦੀ ਗੱਲ ਜਮੀਨ ਜੱਟ ਦਾ غرور ਇੱਜ਼ਤ ਤੇ ਮੁੱਛ ਦਾ ਸਵਾਲ ਹੁੰਦੀ ਹੈ ਉਸੇ ਜ਼ਮੀਨ ਤੇ ਅੱਜ ਸੰਸਾਰੀ RAM ਦੀ ਅੱਖ ਆ ਟਿੱਕੀ ਸੀ ਭੋਲੇ ਦੀ ਜ਼ਮੀਨ ਸਾਰੀ ਇੱਕੋ ਤਾਕਤ ਦੀ ਸੀ ਉਹ ਹੀ ਵੰਡੀ ਸੜਕ ਤੇ ਲੱਗਦੀ ਹੋਣ ਕਰਕੇ ਆਉਣ ਵਾਲੇ ਸਮੇਂ ਵਿੱਚ ਕਰੋਨਾ ਦੇ ਮੁੱਲ ਦੀ ਹੋਣ ਵਾਲੀ ਸੀ ਭੋਲੇ ਦਾ ਮਨ ਜਿੰਨਾ ਦੁਖੀ ਸੀ ਉਸ ਤੋਂ ਜ਼ਿਆਦਾ ਉਹਨੂੰ ਬਾਣੀਏ ਤੇ ਗੁੱਸਾ ਚੜ ਰਿਹਾ ਸੀ ਉਹਦਾ ਦਿਲ ਕੀਤਾ ਬਾਣੀਏ ਦੇ ਤਿੰਨ ਮਾਰੇ ਧੌਣ 'ਚ ਤੇ ਪੁੱਛੇ ਕਿ ਉਹਦੀ ਜ਼ਮੀਨ ਖਰੀਦਣ ਦੀ ਗੱਲ ਉਹਦੇ ਦਿਮਾਗ 'ਚ ਆਈ ਵੀ ਕਿਵੇਂ ਪਰ ਸੁਖਚੈਨ ਵਰਗੇ ਨਲਾਇਕ ਪੁੱਤ ਦਾ ਪਿਓ ਹੋਣ ਦੀ ਸਜ਼ਾ ਇਹੀ ਸੀ ਕਿ ਉਹਨੂੰ ਸਾਰਾ ਗੁੱਸਾ ਪਾਣੀ ਵਾਂਗ ਪੀਣਾ ਪਿਆ ਇਹੋ ਜਿਹੇ ਫੈਸਲੇ ਭਾਵੇਂ ਜਲਦਬਾਜੀ ਅਤੇ ਇਸ ਤਰ੍ਹਾਂ ਨਹੀਂ ਲਏ ਜਾਂਦੇ ਪਰ ਪੁੱਤ ਦੀ ਜ਼ਿੰਦਗੀ ਦਾ ਸਵਾਲ ਹੋਣ ਕਰਕੇ ਉਹਨੂੰ ਇਹ ਫੈਸਲਾ ਤੁਰੰਤ ਹੀ ਲੈਣਾ ਪੈਣਾ ਸੀ ਕਾਫੀ ਸੋਚ ਵਿਚਾਰ ਜਹੀ ਕਰਨ ਤੋਂ ਬਾਅਦ ਉਹਨੇ ਅਟਲ ਫੈਸਲਾ ਕਰ ਲਿਆ ਤੇ ਅੱਖਾਂ ਵਿੱਚੋਂ ਆਪ ਮੁਹਾਰੇ ਹੰਝੂ ਵਹਿ ਤੁਰੇ ਓ ਬੱਸ ਬੱਸ ਸੋਚਣ ਜੋਗਾ ਟਾਈਮ ਕਿੱਥੇ ਲਾਲਾ ਜੀ ਮੈਂ ਸੋਚ ਲਿਆ ਪੈਸਿਆਂ ਦੀ ਲੋੜ ਮੈਨੂੰ ਕੱਲ 11 ਵਜੇ ਤੱਕ ਐ ਇਸ ਲਈ ਸੋਚ ਲਿਆ ਬੱਸ ਪਰ ਤੂੰ ਜੋ ਮੇਰੇ ਨਾਲ ਕੀਤੀ ਐ ਅਫਸੋਸ ਉਹ ਨਹੀਂ ਸੋਚਿਆ ਸੀ ਮੈਂ ਭੋਲੇ ਨੇ ਥੋੜਾ ਭਾਵਕ ਹੋ ਕੇ ਕਿਹਾ ਉਹ ਭੋਲਾ ਸਿਆ ਮੇਰੇ ਤੇ ਕਾਹਨੂੰ ਗੁੱਸਾ ਕਰਦਾ ਬਾਈ ਮੈਂ ਆਪ ਮਜਬੂਰ ਆ ਇਨੇ ਪੈਸੇ ਮੇਰੇ ਕੋਲ ਵੀ ਹੈ ਨਹੀਂ ਤੈਨੂੰ ਦੱਸਿਆ ਤਾਂ ਹੈ ਕੱਲ ਤੱਕ ਮੇਰੇ ਭਰਾ ਤੋਂ ਪੈਸੇ ਲੈ ਕੇ ਦੇਵਾਂ ਆੜ ਦੀਆ ਭੋਲੇ ਦੀ ਹਾਂ ਸੋਣਾ ਮੁਸਕਰਾ ਕੇ ਬੋਲਿਆ ਕੋਈ ਨਹੀਂ ਭਾਈ ਧੰਵਾਦ ਤੇਰਾ ਕੱਲ ਨੂੰ ਆਜੂ ਮੈਂ ਕਾਗਜ਼ ਤੇ ਪੈਸਾ ਤਿਆਰ ਰੱਖੀ ਗੂਠਾ ਲਾ ਕੇ ਪੈਸੇ ਲੈ ਜੂ ਮੈਂ ਭੋਲੇ ਨੇ ਹੱਥ ਦੇ ਅੰਗੂਠੇ ਵੱਲ ਦੇਖ ਕੇ ਕਿਹਾ ਜੋ ਕਿ ਉਹਨੇ ਅਜੇ ਤੱਕ ਇਹੋ ਜਿਹਾ ਥਾਂ ਨਹੀਂ ਲਾਇਆ ਸੀ ਬਾਣਿਏ ਨੂੰ ਸਸਰੀਕਾਲ ਕਰ ਭੋਲਾ ਡਿਕਟੋਲੇ ਖੰਦਾ ਘਰ ਨੂੰ ਤੁਰ ਪਿਆ ਬਾਣੀਏ ਤੇ ਯਕੀਨ ਰੱਖੋ ਬੜੇ ਹੌਸਲੇ ਨਾਲ ਘਰੋਂ ਆਇਆ ਸੀ ਪਰ ਬਾਣੀਏ ਦੀ ਇਹ ਗੱਲਾਂ ਤੇ ਸ਼ਰਤਾਂ ਸੁਣ ਉਹ ਸੁੱਨ ਗਿਆ ਹੋ ਗਿਆ ਸੀ ਅੱਜ ਉਹਨੂੰ ਆਪਣੇ ਦਾਦੇ ਦੀਆਂ ਕਈਆਂ ਗੱਲਾਂ ਯਾਦ ਆ ਰਹੀਆਂ ਸਨ ਕਿ ਜੱਟਾਂ ਤੋਂ ਬਿਨਾ ਹਰੇਕ ਬੰਦਾ ਬਿਜ਼ਨਸ 'ਚ ਆਪਣੇ ਮਤਲਬ ਦੀ ਗੱਲ ਸੋਚਦਾ ਏ ਹਰੇਕ ਕਿਤੇ ਦਾ ਬੰਦਾ ਚਲਾਕ ਤੇ ਦਿਮਾਗੀ ਹੈ ਪਰ ਜੱਟ ਵਿਚਾਰਾ ਹਮੇਸ਼ਾ ਤੋਂ ਭੋੜਾ ਤੇ ਭਾਵੂ ਕਰੇ ਜੱਟ ਦਿਲੋਂ ਤੇ ਬਾਕੀ ਹਰ ਇੱਕ ਵਰਗ ਦਿਮਾਗੋ ਕੰਮ ਲੈਂਦਾ ਏ ਜੱਟ ਦੇ ਭੋਲੇਪਾਨ ਕਰਕੇ ਹੀ ਉਹਦੀ ਜ਼ਮੀਨ ਦਾ ਸਾਰਾ ਸੋਨਾ ਜਾਣੀ ਫਸਲ ਮੰਡੀਆਂ 'ਚ ਬੈਠੇ ਲੋਕ ਆਪਦੀ ਮਰਜ਼ੀ ਮੁਤਾਬਿਕ ਘੱਟ ਮੁੱਲਾਂ 'ਤੇ ਖਰੀਦ ਕੇ ਮਹਿੰਗੇ ਭਾਅ ਵੇਚਦੇ ਆ ਵਰਨਾ ਬੰਦਾ ਖੁਦ ਸੋਚੇ ਕਿ 50 50 ਕਿੱਲਿਆਂ ਦੇ ਮਾਲਕ ਜੱਟ ਤੋਂ ਇੱਕ ਛੋਟੀ ਜਿਹੀ ਹੱਟੀ ਵਾਲਾ ਬਾਣਿਆ ਅਮੀਰ ਕਿਵੇਂ ਬਣ ਗਿਆ ਜੱਟ ਸਾਰਾ ਦਿਨ ਖੇਤਾਂ ਵਿੱਚ ਸਖਤ ਮਿਹਨਤ ਕਰਦਾ ਤੋ ਪੋਛਾ ਮੀ ਹਨੇਰੀ ਆਪਣੇ ਪਿੰਡੇ ਤੇ ਹੰਡਾ ਮਿੱਟੀ ਨਾਲ ਮਿੱਟੀ ਹੁੰਦੇ ਜੱਟ ਤੋਂ ਇਹ ਸੀ ਜੇ ਵੇਲਾ ਬੈਠਾ ਆੜਦੀਆ ਵਾਧ ਪੈਸੇ ਕਿਵੇਂ ਕਮਾ ਲੈਂਦਾ ਫਸਲ ਜੱਟ ਦੀ ਤੇ ਮੁੱਲ ਬਾਣੀਏ ਦਾ ਇਹ ਕਿੱਥੋਂ ਦਾ ਇਨਸਾਫ ਹੈ ਸੋਚਣ ਲਿਖਣ ਤੇ ਦਿਖਾਉਣ ਲਈ ਬੜਾ ਕੁਝ ਹੈ ਪਰ ਇਹ ਅਜੇ ਮੇਰਾ ਵਿਸ਼ਾ ਨਹੀਂ ਹੈ ਕਿ ਜਿਸ ਦਿਨ ਇਸ ਵਿਸ਼ੇ ਤੇ ਕਲਮ ਚੱਲੂ दिमाग ਦੇ ਕਪਾਟ ਜਰੂਰ ਖੋਲ ਕੇ ਰੱਖ ਦੇਉਂਗਾ ਫਿਲਹਾਲ ਤਾਂ ਇੰਨਾ ਹੀ ਕਹੂੰਗਾ ਕਿ ਆਪਣਾ ਹੀ ਸੇਰ ਤੇ ਆਪਣੀਆਂ ਹੀ ਜੁੱਤੀਆਂ ਨੇ ਦੂਜੀ ਗੱਲ ਜੱਟ ਭਾਈਚਾਰਾ ਵੀ ਹੁਣ ਦਿਮਾਗ ਤੋਂ ਕੰਮ ਲੈਣਾ ਸ਼ੁਰੂ ਕਰ ਦਿਓ ਚਲੋ ਵਾਪਸੀ ਕਰਦੇ ਹਾਂ ਆਪਣੇ ਵਿਸ਼ੇ ਤੇ ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ ਨੂੰ ਪੇਸ਼ ਕੀਤਾ ਜਾਵੇਗਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਵੋ ਅਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ